ਲੋਕੀ ਕਹਿੰਦੇ ਕਿ ਨਹੀਂ ਹੁਣ ਸਿਰਫ ਜਿਹੜਾ ਹੈਗਾ ਬੰਦਾ ਪੋਲਿਟਿਸ਼ੀਅਨ ਰਹਿ ਗਿਆ ਪੋਲਿਟਿਕਲੀ ਰਹਿ ਗਿਆ ਹੁਣ ਕਿਸਾਨਾਂ ਦੇ ਆਗੂ ਨਹੀਂ ਰਹਿ ਗਿਆ ਲੋਕ ਉਹਨੂੰ ਵਾਪਸ ਕਿਸਾਨਾਂ ਦੇ ਆਗੂ ਦੇ ਤੌਰ ਤੇ ਪਸੰਦ ਨਹੀਂ ਕਰ ਪਾਉਂਦੇ ਇਹਨੇ ਇੱਕ ਫੈਸਲਾ ਕੀਤਾ ਸੀ ਕਿ ਪਹਿਲਾਂ ਤਾਂ ਨਹੀਂ ਟੂਣਾ ਲੜਾਂਗੇ ਫਿਰ ਲੋਕਾਂ ਦੀ ਆਵਾਜ਼ ਉੱਠੀ ਪਿੰਡਾਂ ਪਿੰਡਾਂ ਚੋਂ ਤੇ ਹੁਣ ਤੁਹਾਨੂੰ ਰਾਣੀ ਟੀ ਬਚਾਉਣਾ ਪਊਗਾ ਕਿਉਂਕਿ ਪੰਜਾਬ ਦਾ ਬਹੁਤ ਮੰਦਾ ਹਾਲ ਆ ਗੁਰਨਾਮ ਸਿੰਘ ਝੜੂਨੀ ਜੀ ਤੇ ਚੋਣਾ ਲੜਨ ਦੀ ਗੱਲ ਕਰਦੇ ਸੀਗੇ ਤਾਂ ਆਪ ਹੀ ਜਿਹੜਾ ਹੈਗਾ ਕੁਝ ਕਿਸਾਨ ਆਗੂ ਉਹਨਾਂ ਦਾ ਵਿਰੋਧ ਕਰਦੇ ਸੀਗੇ ਅੱਜ ਜਦੋਂ ਬਾਕੀ ਦੇ ਕਿਸਾਨ ਜਿਹੜੋ ਨਾਲ ਗੱਲ ਕੇ ਆ ਤੇ ਅੱਜ ਭਾਵੇਂ ਐਲਾਈਅੰਸ ਵੀ ਹੋ ਗਿਆ ਸੋ ਜੇ ਇਹ ਕੰਮ ਕਰਨਾ ਹੀ ਸੀਗਾ ਤਾਂ ਪਹਿਲੇ ਫਿਰ ਗੁਰਨਾਮ ਸਿੰਘ ਝੜੂਨੀ ਦਾ ਵਿਰੋਧ ਕਿਉਂ ਹੁੰਦਾ ਸੀ ਸੜਕਾਂ ਦੇ ਬੈਠ ਕੇ ਆਪਾਂ ਕਿੰਨਾ ਚਿਰ ਆਪਾਂ ਥੱਕੇ ਖਾਈ ਜਾਵਾਂਗੇ ਆਪਣੇ ਨੌਜਵਾਨਾਂ ਨੂੰ ਮਰਾਈ ਜਾਵਾਂਗੇ ਇਸ ਕਰਕੇ ਆਪਾਂ ਨੂੰ ਸਤਾ ਬਚਾਉਣਾ ਚਾਹੀਦਾ ਆ ਜਿੰਨਾ ਚਿਰ ਆਪਾਂ ਸਤਾ ਵਿੱਚ ਨਹੀਂ ਆਉਂਦੇ ਆਪਾਂ ਸਿਸਟਮ ਨੂੰ ਨਹੀਂ ਠੀਕ ਪਹਿਲੇ ਬੱਤੀ 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 ਬਹੁਤ ਚੱਲਦਾ ਸੀਗਾ ਕਿ ਬੱਤੀ ਕਿਸਾਨ ਕਿਥੇ ਬਣੀਆਂ ਪਰ ਮੋਰਚੇ ਦੇ ਮੋਰਚੇ ਤੋਂ ਬਾਅਦ ਜਿਹੜਾ ਜਦੋਂ ਅੰਦੋਲਨ ਜਿੱਤ ਗਿਆ ਸਿਰਫ ਲੈ ਬਾਈ ਗਈਆਂ ਸਾਡਾ ਇਹ ਸੰਯੁਕਤ ਮੋਰਚਾ ਆਇਆ ਇਹ ਆਮ ਇੱਕ ਜਨਤਾ ਦਾ ਆਪ ਬਣਾਇਆ ਹੋਇਆ ਮੋਰਚਾ ਆ ਤੇ ਇਹ ਆਮ ਜਿਹੜੇ ਵਰਕਰ ਵਰਕਰ ਸਗੇ ਉਹਨਾਂ ਨੂੰ ਇਹ ਟਿਕਟਾਂ ਮਿਲੀਆਂ ਆ ਉਹਨਾਂ ਦੇ ਉੱਤੇ ਕੋਈ ਦਵਾ ਨਹੀਂ ਹੈਗਾ ਜਿਹੜੀ ਲੀਡਰਸ਼ਿਪ ਵੀ ਹੈ ਸਾਰੀ ਉਹ ਆਮ ਕਿਸਾਨੀ ਮੁੱਦੇ ਨਾਲ ਜੁੜੀ ਹੈ ਜਾਂ ਮਜ਼ਦੂਰ ਮੁੱਦੇ ਨਾਲ ਜੁੜੀ ਹੈ ਜਾਂ ਗਰੀਬਾਂ ਨਾਲ ਜੁੜੀ ਹੋਇਆ ਸਾਨੂੰ ਤਾਂ ਹਲੇ ਤੱਕ ਗਲੀਆਂ ਨਾਲੀਆਂ ਜੋਗੇ ਰੱਖਿਆ ਆ ਜਿਹਾ ਤੁਹਾਡੀਆਂ ਗਲੀਆਂ ਬਣਾਜਾਂਗੇ ਨਾਲੀਆਂ ਪਿੰਡਾਂ ਦੇ ਵਿੱਚ ਹੋਰ ਕੋਈ ਵੱਡਾ ਵਿਕਾਸ ਨਹੀਂ ਕੋਈ ਸੀਵਰੇਜ ਵਾਲਾ ਕੰਮ ਨਹੀਂ ਹੈਗਾ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਹੈਗਾ ਇਦਾਂ ਦੇ ਕੰਮਾਂ ਦਾ ਹਲੇ ਧਿਆਨ ਹੀ ਨਹੀਂ ਹੈਗਾ ਇਹ ਨਹੀਂ ਤਾਂ ਕਹਿਣਾ ਜੀ 2000 ਰੁਪਏ ਦਵਾਂਗੇ ਤੂੰ ਆ ਕਹਿੰਦਾ ਮੈਂ 1000 ਦਊਂ ਤੀਆ ਕਹਿੰਦਾ ਮੈਂ 2000 ਦਊਂਗਾ ਪੰਜਾਬ ਤਾਂ ਅਗੇ ਕਰਜ਼ੇ ਦੇ ਥੱਲੇ ਆਇਆ ਪੰਜਾਬ ਦੇ ਬੱਲੇ ਨਹੀਂ ਕੀ ਛੱਡਿਆ ਇੱਕ ਨੰਬਰ ਦਾ ਸੂਬਾ ਸੀ ਜਿਹਨੂੰ ਉਹਨੂੰ ਅੱਜ ਜ਼ੀਰੋ ਜ਼ੀਰੋ ਤੇ ਬੱਕ ਕਰ ਤੇ ਰਸਤਾ ਤੁਸੀਂ ਐਮਐਲਏ ਬਣ ਵੀ ਜਾਂਦੇ ਹੋ ਜਾਂ ਕੋਈ ਹੋਰ ਕਿਸਾਨ ਆਗੂ ਬਣਦੇ ਜਾਂਦੇ ਆ ਕਿਸਾਨਾਂ ਦੀ ਸਰਕਾਰ ਇੱਕ ਵਾਰ ਤੇ ਕੀ ਸਿਰਫ ਕਿਸਾਨੀ ਮੁੱਦਿਆਂ ਦਾ ਹੀ ਸੁਧਾਰ ਹੋਇਆ ਕਰੇਗਾ ਇਸ ਗੱਲ ਦਾ ਵੀ ਜਵਾਬ ਦੇ ਦਿਓ ਜੀ ਮੁੱਦੇ ਦਾ ਜਾਂ ਪ੍ਰਚਾਰ ਕਰਨ ਦਾ ਜੋ ਮਰਜ਼ੀ ਕਰੀ ਹੁਣ ਸਰਕਾਰਾਂ ਆਉਂਦੀਆਂ ਆ ਇਹ ਪ੍ਰਚਾਰ ਇਹ ਨਹੀਂ ਵੀ ਕਰਨਾ ਆ ਇਹਨੇ ਲੋਕਾਂ ਨੂੰ ਕਰੋੜਾਂ ਰੁਪਏ ਵੰਡਣਾ ਵੀ ਆ ਸ਼ਰਾਬਾਂ ਵੀ ਪਾਉਣੀਆਂ ਨਸ਼ੇ ਵੀ ਵੰਡਣੇ ਆ ਪਰ ਅਸੀਂ ਉਹਨਾਂ ਮੁੱਦਿਆਂ ਤੇ ਹੈ ਨਹੀਂ ਕਿ ਨਾ ਹੀ ਝੂਠ ਬੋਲਣਾ ਇਹ ਹੱਕ ਸੱਚ ਤੇ ਲੜਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਔਰ ਅਕਾਲ ਚੈਨਲ ਤੇ ਲਗਾਤਾਰ ਤੁਹਾਨੂੰ ਅਸੀਂ ਪੰਜਾਬ ਚੋਣਾਂ ਤੋਂ ਜੁੜੇ ਮੁੱਦਿਆਂ ਨਾਲ ਅਸੀਂ ਜੋੜ ਰਹੇ ਆ ਸੋ ਪੰਜਾਬ ਦੇ ਵਿੱਚ ਦੁਆਬੇ ਇਲਾਕੇ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਨਕੋਦਰ ਵਿਖੇ ਤੋਂ ਨਕੋਦਰ ਹਲਕੇ ਦੇ ਵਿੱਚੋਂ ਜਿਹੜੇ ਆਗੂ ਖੜੇ ਹੋ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਐਤਕੀ ਜੋ ਚੋਣਾਂ ਦਿਲਚਸਪ ਇਸ ਕਰਕੇ ਹੈ ਕਿਉਂਕਿ ਜਿਹੜਾ ਇੱਕ ਆਮ ਕਿਸਾਨ ਜਿਹੜਾ ਖੇਤੀ ਕਰਦਾ ਸੀਗਾ ਜਾਂ ਮਜ਼ਦੂਰੀ ਕਰਦਾ ਸੀਗਾ ਅੱਜ ਉਹ ਵੀ ਜਿਹੜਾ ਹੈਗਾ ਚਾਹ ਰਿਹਾ ਕਿ ਇੱਕ ਰਾਜਨੀਤਿਕ ਬਦਲਾਅ ਆਵੇ ਔਰ ਉਹ ਕਿਸ ਤਰੀਕੇ ਆਵੇ ਉਹ ਚੋਣਾਂ ਦੇ ਵਿੱਚ ਆਪ ਖੜਾ ਹੋਇਆ ਸਯੁਕਤ ਕਿਸਾਨ ਮੋਰਚੇ ਦੀ ਭੂਮਿਕਾ ਸਾਰਿਆਂ ਨੇ ਦੇਖੀ ਸੀ ਕਿ ਜਿਸ ਤਰੀਕੇ ਜੋ ਕਿ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਖੜਾ ਹੋਇਆ ਔਰ ਉਹਨੂੰ ਜਿੱਤਿਆ ਵੀ ਗਿਆ ਉਸ ਤੋਂ ਬਾਅਦ ਮੋਰਚਾ ਕੁਝ ਦਿਨਾਂ ਬਾਅਦ ਐਲਾਨ ਕਰਦਾ ਹੈ ਕਿ ਅਸੀਂ ਉਹ ਆਪ ਵੀ ਚੋਣਾਂ ਲੜਾਂਗੇ ਰਾਜਨੀਤਿਕ ਆਗੂਆਂ ਤੇ ਸਾਨੂੰ ਹੁਣ ਪਰੋਸਾ ਨਹੀਂ ਅਸੀਂ ਆਪ ਆਪਣੇ ਫੈਸਲੇ ਕਰਾਂਗੇ ਅਸੀਂ ਆਪ ਆਪਣੀਆਂ ਨੀਤੀਆਂ ਕੜਾਂਗੇ ਸੋ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੁਝ ਕੈਂਡੀਡੇਟ ਜਿਹੜੇ ਖੜੇ ਹੋ ਰਹੇ ਨੇ ਉਹਨਾਂ ਦਾ ਕੀ ਕਹਿਣਾ ਕਿ ਉਹ ਆਪਣੇ ਆਪ ਨੂੰ ਇਲੈਕਸ਼ਨ ਚ ਕਿੱਥੇ ਦੇਖਦੇ ਨੇ ਨਕੋਦਰ ਹਲਕੇ ਤੋਂ ਸਾਡੇ ਨਾਲ ਜੋ ਐਸ ਇਲਾਕੇ ਤੋਂ ਸਯੁਕਤ ਸਮਾਜ ਮੋਰਚਾ ਦੇ ਕੈਂਡੀਡੇਟ ਮਨਦੀਪ ਸਿੰਘ ਸਮਰਾ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਨਕੋਦਰ ਹਲਕੇ ਤੋਂ ਜੋ ਕਿ ਅੱਜ ਕੰਟੈਸਟੈਂਟ ਦੇ ਤੌਰ ਤੇ ਚੋਣਾਂ ਲੜ ਰਹੇ ਨੇ ਗੁਰਫਤਿਹ ਦੀ ਸਾਂਝ ਕਰਦੇ ਆ ਜੀ ਸਮਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਸਮਰਾ ਸਾਹਿਬ ਕਿੱਦਾਂ ਦੇਖਦੇ ਹੋ ਐਤਕੀ ਚੋਣਾਂ ਦੇ ਮੈਦਾਨ ਦੇ ਵਿੱਚ ਕਿਸਾਨ ਆਪ ਉਤਰਿਆ ਹੈਗਾ ਸੋ ਕੀ ਲੱਗਦਾ ਹੈਗਾ ਕੀ ਇੱਕ ਵੱਖਰਾ ਇੱਕ ਕਹਿ ਦਈਏ ਤਾਂ ਤਜਰਬਾ ਜੇਖ ਦੇਖਣ ਨੂੰ ਮਿਲ ਰਿਹਾ ਕਿਸਾਨ ਨੂੰ ਪਹਿਲਾਂ ਤਾਂ ਤੁਹਾਡੇ ਚੈਨਲ ਦੇ ذریعے ਜਿੰਨੇ ਵੀ ਦਰਸ਼ਕ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਚੈਨਲ ਦਾ ਅਸੀਂ ਬਹੁਤ ਧੰਨਵਾਦੀ ਆ ਜਿਹੜਾ ਸਾਡੀ ਨਵਾਂਿਆਂ ਦੀ ਆਵਾਜ਼ ਲੋਕਾਂ ਦੇ ਰੂਹ ਰੂਹ ਕਰਾ ਰਹੇ ਆ ਔਰ ਦੇਸ਼ਾਂ-ਵਦੇਸ਼ਾਂ ਤੱਕ ਪਹੁੰਚਾ ਰਹੇ ਆ ਅਸੀਂ ਜਿਹੜੇ ਇੱਕ ਸੰਜੁਗ ਕਿਸਾਨ ਮੋਰਚਾ ਸੀ ਇਹਨੇ ਇੱਕ ਫੈਸਲਾ ਕੀਤਾ ਸੀ ਵੀ ਪਹਿਲਾਂ ਤਾਂ ਨਹੀਂ ਚੋਣਾ ਲੜਾਂਗੇ ਫਿਰ ਲੋਕਾਂ ਦੀ ਆਵਾਜ਼ ਉੱਠੀ ਪਿੰਡਾਂ ਪਿੰਡਾਂ ਚੋਂ ਵੀ ਹੁਣ ਤੁਹਾਨੂੰ ਰਾਜਨੀਤੀ ਵਿੱਚ ਆਉਣਾ ਪਊਗਾ ਕਿਉਂਕਿ ਪੰਜਾਬ ਦਾ ਬਹੁਤ ਮੰਦਾ ਹਾਲ ਆ ਪੰਜਾਬ ਨੂੰ ਜਿਹੜੀ ਰਵਾਇਤੀ ਪਾਰਟੀਆਂ ਐ ਨੀ ਖੋਖਲਾ ਕਰ ਦਿੱਤਾ ਆ ਜੋ ਕਿ ਪੰਜਾਬ ਇਸ ਟਾਈਮ ਬਚਾਉਣ ਦੀ ਬਹੁਤ ਲੋੜ ਆ ਤੇ ਇਸ ਕਰਕੇ ਸਾਨੂੰ ਮੋਹਰੇ ਆਉਣਾ ਪਿਆ ਲੋਕਾਂ ਦੀ ਮੰਗ ਸੀ ਹੂੰ ਹੂੰ ਤੇ ਕਿਉਂ ਲੱਗਦਾ ਹੈ ਕਿ ਇੱਕ ਕਿਸਾਨ ਦੇ ਤੌਰ ਤੇ ਇੱਕ ਅੰਦੋਲਨਕਾਰੀ ਦੇ ਤੌਰ ਤੇ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਦੇਖਿਆ ਲੋਕਾਂ ਨੇ ਤੋ ਕੀ ਲੱਗਦਾ ਕਿ ਐਤ ਕੀ ਜਿਹੜਾ ਹੈਗਾ ਉਸ ਕਿਸਾਨ ਨੂੰ ਇੱਕ ਲੀਡਰ ਦੇ ਤੌਰ ਤੇ ਜਾਂ ਇਹ ਕਹਿ ਦਈਏ ਤੇ ਪੋਲੀਟੀਸ਼ੀਅਨ ਦੇ ਤੌਰ ਤੇ ਜਾਂ ਇੱਕ ਐਮ ਐਲ ਏ ਦੇ ਤੌਰ ਤੇ ਲੋਕ ਤੁਹਾਨੂੰ ਲੱਗਦਾ ਕਿ ਐਸੈਪਟ ਕਰ ਪਾਣਗੇ ਪੰਜਾਬ ਦੇ ਲੋਕ ਕੋਈ ਜਿੰਨੇ ਵੀ ਅਸੀਂ ਹਲਕੇ ਦੇ ਵਿੱਚ ਵਿਚਰ ਰਹੇ ਆ ਸਾਰਿਆਂ ਵੱਲੋਂ ਬਹੁਤ ਵਧੀਆ ਭਰਮਾ ਹਗਾਰਾ ਮਿਲ ਰਿਹਾ ਆ ਲੋਕ ਚਾਹੁੰਦੇ ਆ ਬਦਲਾ ਹੋਣਾ ਚਾਹੀਦਾ ਆ ਉਹ ਇਹਨਾਂ ਰਵੈਤੀ ਪਾਰਟੀਆਂ ਤੋਂ ਦੋਨਾਂ ਰਵੈਤੀ ਪਾਰਟੀਆਂ ਤੋਂ ਇਸ ਟਾਈਮ ਪੂਰੇ ਦੁਖੀ ਆ ਅੱਕ ਚੁੱਕੇ ਆ ਕਿਉਂਕਿ ਜੋ ਵੀ ਹੈਗਾ ਜਿਹੜਾ ਸਿਸਟਮ ਆ ਸਿਸਟਮ ਦੇ ਵਿੱਚ ਸਾਰੇ ਦੇ ਵਿੱਚ ਮਾਫੀਆ ਹੀ ਆ ਕੋਈ ਵੀ ਕੰਮ ਕਰਾਉਣਾ ਹੋਵੇ ਪੈਸੇ ਤੋਂ ਬਿਨਾ ਨਹੀਂ ਹੋ ਰਿਹਾ ਇਸ ਟਾਈਮ ਲੋਕ ਬਹੁਤ ਦੁਖੀ ਆ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਆ ਇਸ ਕਰਕੇ ਲੋਕ ਆਪ ਚਾਹੁੰਦੇ ਆ ਕਿ ਬਦਲਾਅ ਹੋਣਾ ਚਾਹੀਦਾ ਸੋ ਕਿਦਾਂ ਮਹਿੰਗਾਈ ਦਾ ਜੇ ਲੱਕ ਤੋੜਿਆ ਹੈ ਤੇ ਕਿ ਜੇ ਕਿਸਾਨ ਆਪਣੀ ਪਾਰਟੀ ਬਣਾਉਂਦੇ ਆ ਜੇ ਕਿਸਾਨ ਆਪਣਾ ਜੇ ਹੁਣ ਜੇ ਮੰਨ ਲੀਏ ਕਿ ਕੱਲ ਨੂੰ ਵੋਟਾਂ ਉਹਨਾਂ ਨੂੰ ਜੇ ਲੋਕੀ ਪਾਣ ਤੇ ਕਿਉਂ ਪਾਣ ਕੋਈ ਕੀ ਉਹਨਾਂ ਨੂੰ ਕੋਈ ਤੁਸੀਂ ਕੈਂਪੇਨਿੰਗ ਕਰ ਰਹੇ ਹੋ ਇਲਾਕਿਆਂ ਦੇ ਵਿੱਚ ਜਾ ਰਹੇ ਹੋ ਐਸੇ ਕਿਹੜੇ ਉਹਨਾਂ ਨਾਲ ਵਾਅਦੇ ਕਰ ਰਹੇ ਹੋ ਕਿ ਕਿਉਂ ਤੁਹਾਨੂੰ ਉਹ ਵੋਟਾਂ ਪਾਣ ਦੇਖੋ ਜੀ ਇੱਕ ਤਾਂ ਹੀ ਇਮਾਨਦਾਰ ਸੱਚੇ ਸੋਚੇ ਆਦਮੀ ਆ ਅਸੀਂ ਇਹ ਨਹੀਂ ਹੈਗਾ ਵੀ ਤਕੜ ਤਕੜੇ ਲੀਡਰਾਂ ਵਾਂਗੂ ਜੋ ਹੈਗਾ ਸਾਰਾ ਕੁਝ ਇਕੱਠਾ ਕਰ ਲਈ ਆਪਣੇ ਘਰੇ ਹੀ ਲੋਕਾਂ ਦੀ ਕੋਈ ਸੁਣਵਾਈ ਨਾ ਹੋਵੇ ਅਸੀਂ ਆਮ ਵਰਗ ਦੇ ਵਿੱਚੋਂ ਸਾਨੂੰ ਇਹਨਾਂ ਗਰੀਬ ਵਰਗ ਦਾ ਵੀ ਪਤਾ ਹੈ ਅਸੀਂ ਆਮ ਗਰੀਬ ਵਰਗ ਦੇ ਵਿੱਚੋਂ ਆ ਬੇਨਾਂ ਨੂੰ ਕੀ ਸਮੱਸਿਆਵਾਂ ਆ ਇਹਨਾਂ ਦਾ ਕੀ ਹੱਲ ਆ ਜਿਹੜਾ ਵੀ ਕੋਈ ਵੀ ਹੱਲ ਆ ਸਾਨੂੰ ਉਹਦੇ ਬਾਰੇ ਪੂਰੀ ਨੋਲਿਜ ਆ ਹਰੇਕ ਆਦਮੀ ਬਾਰੇ ਜਿਹੜੇ ਇੱਕ ਆਮ ਗਰੀਬ ਆ ਤੇ ਆਮ ਜਿਹੜੇ ਕਿਸਾਨ ਆ ਇਹਨਾਂ ਦਾ ਅਸੀਂ ਪਹਿਲ ਦੇ ਆਧਾਰ ਤੇ ਨੁਕਟਾਰੇ ਕਰਾਂਗੇ ਗਰੀਬ ਦੀ ਮਗਹਾਈ ਜਿਹੜੀ ਆ ਉਹ ਜਿਹੜੀ ਲੱਕ ਤੋੜ ਰਹੀ ਆ ਉਹਨੂੰ ਅਸੀਂ ਘਟਾਵਾਂਗੇ ਤੇ ਉਹਦੀ ਆਮਦਨ ਨੂੰ ਅਸੀਂ ਡਬਲ ਕਰਾਂਗੇ ਤੇ ਜਿਹੜਾ ਆਮ ਛੋਟਾ ਜ਼ਿਮੀਦਾਰ ਆ ਉਹਦੀ ਵੀ ਅਸੀਂ ਜਿਹੜੀ ਆਮਦਨ ਨੂੰ ਡਬਲ ਕਰਾਂਗੇ ਠੀਕ ਹੈ ਸੋ ਬਲਬੀਰ ਸਿੰਘ ਰਾਜੇਵਾਲ ਦਾ ਚਿਹਰਾ ਮੁੱਖ ਮੰਤਰੀ ਦੇ ਤੌਰ ਤੇ ਪ੍ਰੋਜੈਕਟ ਕੀਤਾ ਗਿਆ ਸਭ ਤੋਂ ਪਹਿਲੇ ਜੇ ਗੱਲ ਕਰੀਏ ਤਾਂ ਜਦੋਂ ਜੇ ਗੁਰਨਾਮ ਸਿੰਘ ਚੜ੍ਹਉਣੀ ਜੀ ਤੋਂ ਚੋਣਾਂ ਲੜਨ ਦੀ ਗੱਲ ਕਰਦੇ ਸੀਗੇ ਤਾਂ ਆਪ ਹੀ ਜਿਹੜਾ ਹੈਗਾ ਕੁਝ ਕਿਸਾਨ ਆਗੂ ਉਹਨਾਂ ਦਾ ਵਿਰੋਧ ਕਰਦੇ ਸੀਗੇ ਅੱਜ ਜਦੋਂ ਬਾਕੀ ਦੇ ਕਿਸਾਨ ਜਦੋਂ ਨਾਲ ਰਲ ਕੇ ਆ ਤੇ ਅੱਜ ਭਾਵੇਂ ਐਲਾਈਅੰਸ ਵੀ ਹੋ ਗਿਆ ਸੋ ਜਦ ਇਹ ਕੰਮ ਕਰਨਾ ਹੀ ਸੀਗਾ ਤਾਂ ਪਹਿਲੇ ਫਿਰ ਗੁਰਨਾਮ ਸਿੰਘ ਚੜ੍ਹਉਣੀ ਦਾ ਇਹਨਾਂ ਵਿਰੋਧ ਕਿਉਂ ਹੁੰਦਾ ਸੀਗਾ ਦੇਖੋ ਜੀ ਪਹਿਲਾਂ ਉਹ ਜੁਰਾ ਮਸਲਾ ਸੀਗਾ ਤੈਨ ਬਿੱਲਾਂ ਦਾ ਜੀ ਉਹ ਮੋਰਚਾ ਚੱਲ ਰਿਹਾ ਸੀ ਉਹ ਮੋਰਚੇ ਦੇ ਵਿੱਚ ਆਪਾਂ ਨੂੰ ਸਿਆਸਤ ਵਿੱਚ ਆਉਣਾ ਵਧੀਆ ਨਹੀਂ ਲੱਗ ਰਿਹਾ ਯਾਨੀ ਕਿ ਜੋ ਵੀ ਉਹਨਾਂ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਸੀਗਾ ਕਿ ਪਹਿਲਾਂ ਆਪਾਂ ਮੋਰਚਾ ਜੱਤ ਲਈਏ ਬਾਅਦ ਵਿੱਚ ਇਹਦੇ ਵਾ ਲਾਵਾਂਗੇ ਜੋ ਵੀ ਇਹਦਾ ਫੈਸਲਾ ਬਾਅਦ ਵਿੱਚ ਕਰਾਂਗੇ ਉਹ ਨਹੀਂ ਬੈਚ ਕਰ ਲਿਆ ਪਹਿਲਾਂ ਵੀ ਅਸੀਂ ਤਾਂ ਚੋਣ ਲੜਾਂਗੇ ਇਸ ਕਰਕੇ ਵਿਰੋਧ ਹੋਇਆ ਸੀ ਬਾਅਦ ਵਿੱਚ ਹੁਣ ਲੋਕਾਂ ਦੀ ਡਿਮਾਂਡ ਉੱਠੀ ਤਾਂ ਇਹ ਇਹਨਾਂ ਨੂੰ ਫੈਸਲਾ ਲੈਣਾ ਪਿਆ ਗਿਆ ਨਹੀਂ ਪਰ ਜੇ ਗੱਲ ਕਰੀਏ ਤਾਂ ਠੀਕ ਹੈ ਬੜੇ ਦਿਨਾਂ ਬਾਅਦ 5 10 15 ਦਿਨਾਂ ਦੇ ਵਿੱਚ ਹੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਤਕਰੀਬਨ ਸਾਰੀ ਜਥੇਬੰਦੀਆਂ ਨਾਲ ਵੀ ਨਹੀਂ ਆਈਆਂ ਪਹਿਲੇ 32 32 32 ਬਹੁਤ ਚੱਲਦਾ ਸੀਗਾ ਕਿ 32 ਪਰ ਮੋਰਚੇ ਦੇ ਮੋਰਚੇ ਤੋਂ ਬਾਅਦ ਜਿਹੜਾ ਜਦੋਂ ਅੰਦੋਲਨ ਜਿੱਤ ਗਿਆ ਸਿਰਫ ਰਹਿ ਬਾਈ ਗਈਆਂ ਤੇ ਬਾਕੀ ਦੀ ਜਥੇਬੰਦੀਆਂ ਨੇ ਐਸਾ ਕਿਉਂ ਮਹਿਸੂਸ ਕੀਤਾ ਪੰਦੇਹਰਾਂ ਦੀ ਜਥੇਬੰਦੀ ਨੇ ਵੀ ਬਾਕੀ ਜਿਹੜੀ ਜਥੇਬੰਦੀਆਂ ਡੱਲੇਵਾਲਾਂ ਦੀ ਜਥੇਬੰਦੀਆਂ ਨੇ ਔਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਹੜਾ ਕਈ ਸਾਡੇ ਜਿਹੜੇ ਆਗੂ ਨਹੀਂ ਉਹਨਾਂ ਨੇ ਵਿਰੋਧ ਕੀਤਾ ਕਿਉਂਕਿ ਅਸੀਂ ਇਸ 'ਚ ਸਹਿਮਤ ਨਹੀਂ ਆ ਹੋਰ ਤੇ ਹੋਰ ਸਿਖਤ ਕਿਸਾਨ ਮੋਰਚੇ ਨੇ ਵੀ ਵਿਰੋਧ ਕੀਤਾ ਹੈਗਾ ਉਹਨਾਂ ਨੇ ਜਦੋਂ ਹੁਣ ਇਹ 15 ਜਨਵਰੀ ਨੂੰ ਮੁਲਾਕਾਤ ਹੋਈ ਸੀਗੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਜਿ ਜੰਮ ਕੇ ਇਸ ਮੁੱਦੇ ਤੇ ਬਹਿਸ ਹੋਈ ਸੀਗੀ ਹੋਰ ਬੜਾ ਇਸ ਦੇ ਉੱਪਰ ਬੜਾ ਵਿਰੋਧਾਵਾਸ ਵੀ ਰਿਹਾ ਸੀਗਾ ਐਦਾ ਲੱਗਦਾ ਸੀ ਕਿਸਾਨ社 ਦਾ ਇਸ ਮੁੱਦੇ ਤੇ ਦੋ ਫਾੜ ਹੋ ਚੁੱਕੇ ਨੇ ਸੋ ਕਿਉਂ ਕਿਸਾਨ ਮੋਰਚਾ ਜਿਹੜਾ ਹੈਗਾ ਵੀ ਵਿਰੋਧ ਕਰ ਰਿਹਾ ਉਹਨਾਂ ਨੇ ਕਿਹਾ ਜੀ ਜੇ ਕੋਈ ਕਰਦੇ ਆ ਤਾਂ ਸਾਡਾ ਕੋਈ ਸੰਬੰਧ ਨਹੀਂ ਉਹਨਾਂ ਦੇ ਨਾਲ ਸਯੁਕਤ ਕਿਸਾਨ ਮੋਰਚਾ ਹੀ ਆ ਤੁਹਾਡੇ ਤੋਂ ਵੱਖਰਾ ਹੋਇਆ ਫਿਰਦਾ ਦੇਖੋ ਜੀ ਕਈ ਜਥੇਬੰਦੀਆਂ ਨੇ ਪਹਿਲਾਂ ਹੀ ਆਪਣਾ ਆਪਣੇ ਜਦੋਂ ਜਥੇਬੰਦੀ ਬਣਾਈ ਹੁੰਦੀ ਆ ਉਹਦੇ ਵਿੱਚ ਬਣਾ ਆਪਣਾ ਬਣਾਇਆ ਹੁੰਦਾ ਵੀ ਅਸੀਂ ਇਹ ਸਿਆਸਤ ਵਿੱਚ ਨਹੀਂ ਹੋਣਾ ਪਰ ਉਹ ਵੀ ਜਿਹੜੇ ਜਾਂ ਜਿੰਨੀਆਂ ਵੀ ਜਥੇਬੰਦੀਆਂ ਉਹ ਇਹ ਨਹੀਂ ਕਹਿੰਦੀਆਂ ਵੀ ਅਸੀਂ ਤੁਹਾਡਾ ਵਿਰੋਧ ਕਰ ਰਹੀਆਂ ਹਾਂ ਉਹਨੇ ਸਾਡਾ ਸਪੋਰਟ ਜ਼ਰੂਰ ਕਰਨੀਆਂ ਪਰ ਉਹਨੇ ਆਪ ਮੋਰੇ ਹੋ ਕੇ ਨਹੀਂ ਚੋਣਾਂ ਲੜਨੀਆਂ ਇਹ ਮਸਲਾ ਆ ਜੇ ਜੇ ਆਪਾਂ ਬਾਕੀ ਦਾ ਕਹੀਏ ਵੀ ਸੰਜੁਗ ਸਮਾਜ ਮੋਰਚੇ ਦੀ ਗੱਲ ਕਰੀਏ ਸੰਜੁਗ ਸਮਾਜ ਮੋਰਚਾ ਵੀ ਇਹ ਨਹੀਂ ਕਹਿੰਦਾ ਵੀ ਤੁਸੀਂ ਚੋਣਾਂ ਨਹੀਂ ਲੜੋ ਵੀ ਚੋਣਾਂ ਦੇ ਵਿੱਚ ਨਾ ਆਵੋ ਉਹ ਇਹ ਤਾਂ ਗੱਲ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਇਹ ਨਾਲੇ ਲੜਣੀ ਨਹੀਂ ਚਾਹੀਦੀ ਕੁਝ ਟਾਈਮ ਵੱਲੇ ਆ ਜਿਹੜਾ ਇਸ ਕਿਹਦਾ ਟਾਈਮ ਨਿਕਾੜ ਲੈਣਾ ਚਾਹੀਦਾ ਹੈ ਗਾਂ ਮੂਰੇ ਹੋਣਾ ਚਾਹੀਦਾ ਹੈ ਪਰ ਇਹ ਜਿੰਨਾ ਟਾਈਮ ਖਰਾਬ ਕਰੀ ਜਾਂਦੇ ਉਹਦਾ ਕੋਈ ਖਰਾਬ ਕਰਨ ਦਾ ਫਾਇਦਾ ਨਹੀਂ ਹੈਗਾ ਜਿੰਨਾ ਚਿਰ ਆਪਾਂ ਸਤਾ ਦੇ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਆਪਾਂ ਸੜਕਾਂ ਦੇ ਬੈਠ ਕੇ ਆਪਾਂ ਕਿੰਨਾ ਚਿਰ ਆਪਾਂ ਥੱਕੇ ਖਾਈ ਜਾਵਾਂਗੇ ਆਪਣੇ ਨੌਜਵਾਨਾਂ ਨੂੰ ਮਰਾਈ ਜਾਵਾਂਗੇ ਇਸ ਕਰਕੇ ਆਪਾਂ ਨੂੰ ਸਤਾ ਬਚਾਉਣਾ ਚਾਹੀਦਾ ਆ ਜਿੰਨਾ ਚਿਰ ਆਪਾਂ ਸਤਾ ਬਚ ਨਹੀਂ ਆਉਂਦੇ ਆਪਾਂ ਸਿਸਟਮ ਨੂੰ ਨਹੀਂ ਠੀਕ ਕਰ ਸਕਦੇ ਜੋ ਮਰਜ਼ੀ ਆਪਾਂ ਕਰ ਲਈਏ ਸਰਕਾਰ ਦੇ ਵਿੱਚ ਆ ਕੇ ਹੀ ਆਪਾਂ ਇਹ ਸਿਸਟਮ ਨੂੰ ਸੈੱਟ ਕਰਤਾ ਸੀ ਸਰਕਾਰ ਦੇ ਵਿੱਚ ਆ ਕੇ ਜੇ ਕਹਿੰਦੇ ਕਿ ਜਦੋਂ ਰਾਜਨੀਤੀ ਜਦੋਂ ਹਰ ਕੋਈ ਆ ਜਾਂਦਾ ਨਾ ਬੜੇ ਧਾਰਮਿਕ ਆਗੂ ਵੀ ਹੁੰਦੇ ਬਾਅਦ ਚੋਂ ਰਾਜਨੀਤੀ ਵਿੱਚ ਆ ਜਾਂਦੇ ਹੈਗੇ ਜਾਂ ਕਈ ਹੋਰ ਖਿਡਾਰੀ ਵੀ ਬੜੇ ਰਾਜਨੀਤੀ ਦੇ ਵਿੱਚ ਆਏ ਆ ਅੱਜ ਬੜੇ ਸਾਰੇ ਖਿਡਾਰੀ ਹੈ ਮਨਿਸਟਰ ਵੀ ਨੇ ਬੜਾ ਕੁਛ ਨੇ ਔਰ ਯਾ ਪ੍ਰਗਟ ਸਿੰਘ ਐਮਐਲਏ ਹੋ ਗਏ ਨਵਜੋਤ ਸਿੰਘ ਸਿੱਧੂ ਹੋ ਗਏ ਯਾ ਬੜੇ ਹੋਰ ਸਾਰੇ ਖਿਡਾਰੀ ਹੈਗੇ ਇਕੱਲੇ ਆ ਤੇ ਕਾਂਗਰਸ ਦੇ ਹੋ ਗਏ ਉਸ ਤੋਂ ਇਲਾਵਾ ਕਈ ਧਾਰਮਿਕ ਆਗੂ ਵੀ ਜਿਹੜਾ ਹੈਗਾ ਉਹ ਰਾਜਨੀਤੀ ਦੇ ਵਿੱਚ ਆਏ ਹੁੰਦੇ ਹੈਗੇ ਆ ਔਰ ਪਰ ਜੇ ਕਹਿ ਲਈ ਤਾਂ ਕੀ ਕੀ ਲੱਗਦਾ ਹੈ ਕਿ ਜੇ 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 ਖਿਡਾਰੀ ਜਿਹੜੇ ਕਿਸੇ ਹੋਰ ਤਬਕੇ ਤੋਂ ਕਿਸੇ ਹੋਰ ਵਰਗ ਦੇ ਵਿੱਚੋਂ ਜਾਂ ਕਿਸੇ ਹੋਰ ਖੇਤਰ ਦੇ ਵਿੱਚੋਂ ਜੇ ਲੋਕ ਆਂਦੇ ਆ ਤੇ ਕੀ ਰਾਜਨੀਤਿਕ ਦੇ ਵਿੱਚ ਆ ਕੇ ਉਹਨਾਂ ਨੂੰ ਉਸੇ ਤਰੀਕੇ ਆਪਣੇ ਆਪ ਨੂੰ ਅਡਜਸਟ ਕਰ ਪਾਉਂਦੇ ਆ ਕਿਉਂਕਿ ਰਾਜਨੀਤੀ ਦੇ ਵਿੱਚ ਤੇ ਬੜੇ ਦਾਫ ਪੇਚ ਹੁੰਦੇ ਹੈਗਾ ਬੜਾ ਇੱਕ ਇੱਕ ਕਹਦੀ ਹੈ ਨਾ ਕਿ ਬੜਾ ਐਸਾ ਜਲੇਬੀ ਵਾਂਗੂ ਉਹਦੇ ਵਿੱਚ ਜਿਹੜਾ ਨਾ ਸੱਚ ਪਰੋਣਾ ਪੰਦਾ ਹੈਗਾ ਸੋ ਕਿਸਾਨ ਕੀ ਉਸ ਵਾਸਤੇ ਤਿਆਰ ਨੇ ਕੋਈ ਜਿਹੜਾ ਇਹ ਜਿਹੜਾ 7008 ਦਾ ਰਿਪਾਰਟੀਆਂ ਆ ਇਹਨਾਂ ਦੇ ਵਿੱਚ ਤਾਂ ਇਹਨਾਂ ਤੇ ਦਬਾਅ ਹੀ ਬਹੁਤ ਹੁੰਦਾ ਉੱਤੇ ਜੇ ਕੋਈ ਵਧੀਆ ਬੰਦਾ ਵੀ ਵਿੱਚ ਆ ਜਵੇ ਨਾ ਉਹ ਵੀ ਆਪਣੇ ਆਪ ਨਾਲ ਨਹੀਂ ਚੱਲ ਸਕਦਾ ਨਾ ਉਹ ਚਲਾ ਹੀ ਸਕਦਾ ਸਿਸਟਮ ਨੂੰ ਜਦੋਂ ਦੀ ਸੁਣਵਾਈ ਨਹੀਂ ਹੋਣੀ ਉਹਨੂੰ ਉਹਨਾਂ ਦੇ ਇਸ ਆਧਾਰ ਦਾ ਹੀ ਚੱਲਣਾ ਪੈਂਦਾ ਜੋ ਉਹਨਾਂ ਦੇ ਪੁਰਾਣੇ ਜੋ ਲੀਡਰਸ਼ਿਪ ਉਤੋਂ ਦੇ ਉੱਤੇ ਦਬਾਅ ਪਉਂਦੀ ਆ ਜੇ ਉਹਨੂੰ ਟੈਕਟ ਵੀ ਲੈਣੀ ਹੁੰਦੀ ਆ ਦਵਾ ਨਾ ਹੀ ਮਿਲਦੀ ਆ ਜਿਹੜਾ ਬੰਦਾ ਹੱਕਦਾਰ ਹੁੰਦਾ ਉਹਨੂੰ ਮਿਲਦੀ ਨਹੀਂ ਦੋਵੇਂ ਨਹੀਂ ਮਿਲ ਜਾਂਦੀ ਆ ਸਾਡਾ ਇਹ ਸੰਯੁਕਤ ਮੋਰਚਾ ਆ ਇਹ ਆਮ ਇੱਕ ਜਨਤਾ ਦਾ ਆਪ ਬਣਾਇਆ ਹੋਇਆ ਮੋਰਚਾ ਆ ਤੇ ਇਹ ਆਮ ਜਿਹੜੇ ਵਰਕਅਪ ਵਾਰਕਰ ਸਗੇ ਉਹਨਾਂ ਨੂੰ ਇਹ ਟਿਕਟਾਂ ਮਿਲੀਆਂ ਆ ਉਹਨਾਂ ਦੇ ਉੱਤੇ ਕੋਈ ਦਵਾ ਨਹੀਂ ਹੈਗਾ ਜਿਹੜੀ ਲੀਡਰਸ਼ਿਪ ਵੀ ਹੈ ਸਾਰੀ ਉਹ ਆਮ ਕਿਸਾਨੀ ਮੁੱਦੇ ਨਾਲ ਜੁੜੀ ਹੈ ਜਾਂ ਮਜ਼ਦੂਰ ਮੁੱਦੇ ਨਾਲ ਜੁੜੀ ਹੈ ਜਾਂ ਗਰੀਬਾਂ ਨਾਲ ਜੁੜੀ ਹੋਇਆ ਉਹ ਉਹਨਾਂ ਦੇ ਉੱਤੇ ਕੋਈ ਇਹਦਾ ਦਵਾ ਨਹੀਂ ਹੈਗਾ ਉਹ ਆਪਣੇ ਹਿਸਾਬ ਨਾਲ ਸਿਸਟਮ ਨੂੰ ਸੈਟ ਕਰ ਦੇਣਗੇ ਤੇ ਕੀ ਲੱਗਦਾ ਕਿੰਨਾ ਤੁਸੀਂ ਲੋਕਾਂ ਦੇ ਵਿੱਚ ਕੈਂਪੇਨ ਕਰਨ ਜਾ ਰਹੇ ਹੋ ਕਿਸ ਤਰੀਕੇ ਦਾ ਹੰਗਾਰਾ ਮਿਲਦਾ ਪਿਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕ ਸਾਨੂੰ ਆਪ ਬੁਲਾ ਰਹੇ ਆ ਤੇ ਅਸੀਂ ਜਾ ਰਹੇ ਆ ਹਰੇਕ ਪਿੰਡ ਪਿੰਡ ਦੇ ਵਿੱਚ ਬਹੁਤ ਵਧੀਆ ਇਕੱਠ ਹੁੰਦਾ ਆ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆ ਕੋਈ ਨਾ ਕੋਈ ਮਾਨ ਸਨਮਾਨ ਵੀ ਦੇ ਰਹਾ ਹੈ ਆਪਣੇ ਆਪਣੇ ਪਿੰਡ ਦਾ ਖਰਚਾ ਚੱਕਣ ਦਾ ਵੀ ਉਹ ਨਹੀਂ ਆਪ ਭਰੋਸਾ ਦਿਵਾਇਆ ਸਾਰਿਆਂ ਨੇ ਤੇ ਸਾਨੂੰ ਇਹਨਾਂ ਤੇ ਯਕੀਨ ਹੈ ਕਿ ਉਹਨਾਂ ਦੀ ਆਪਣੀ ਲੜਾਈ ਆ ਉਹ ਆਪ ਖੁਦ ਆਪ ਲੜਨਗੇ ਕਿਹੜੀ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਲੱਗਦਾ ਤੁਸੀਂ ਨਕੋਦਰ ਹਲਕੇ ਤੋਂ ਜਿਹੜਾ ਐਤ ਕੀ ਚੋਨਾ ਦੇ ਮੈਦਾਨ ਦੇ ਵਿੱਚ ਹੈਗੇ ਹੋ ਉਹ ਨਕੋਦਰ ਦੀ ਗੱਲ ਕਰੀਏ ਤਾਂ ਮੌਜੂਦਾ ਹੈ ਜਿਹੜੀ ਦੋ ਵਰੀ ਸੀਟ ਅਕਾਲੀ ਦਲ ਕੋਲ ਰਹੀ ਹੈਗੀ ਆ ਔਰ ਜਿਹੜੇ ਅਕਾਲੀ ਦਲ ਦੇ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਅਜਰੋ ਦੀ ਐਮ ਐਲ ਏ ਰਹੇ ਹੈਗੇ ਆ ਔਰ ਪਹਿਲੇ ਵੀ ਇਹ ਕਾਂਗਰਸ ਕੋਲ ਉਸ ਤੋਂ ਪਹਿਲੇ ਸੀਟ ਹੁੰਦੀ ਸੀਗੀ ਐਤਕੀ ਆਮ ਆਦਮੀ ਪਾਰਟੀ ਵੀ ਜੋ ਜਿਹੜਾ ਹੈਗਾ ਦੁਬਾਰਾ ਅਜਮਾਈ ਆਪਣੀ ਕਿਸਮਤ ਪਿਛਲੇ ਹਲਕੇ ਦੇ ਵਿੱਚ ਵੀ ਅਜਮਾਈ ਸੀਗੀ ਪਿਛਲੇ ਚੋਣਾਂ ਦੇ ਵਿੱਚ ਵੀ ਤੇ ਕੀ ਲੱਗਦਾ ਹੈਗਾ ਕਿ ਇੰਨੀਆਂ ਸਾਰੀਆਂ ਪਾਰਟੀਆਂ ਆ ਕਿਸਾਨਾਂ ਦੀ ਇੱਕ ਨਵੀਂ ਪਾਰਟੀ ਆ ਲੱਗਦਾ ਕੰਪੀਟੀਸ਼ਨ ਦੇ ਪਾਏਗੀ ਦੇਖੋ ਜੇ ਇਹ ਤਾਂ ਲੋਕਾਂ ਨੇ ਚਾਇਆ ਲੋਕਾਂ ਨੇ ਚਾਇਆ ਤਾਂ ਲੋਕਾਂ ਨੇ ਆਪਣੇ ਆਪ ਹੀ ਲੈਵ ਦੇ ਵਿੱਚ ਆਪਣੇ ਆਪ ਹੀ ਜਿਹੜਾ ਬੰਦਾ ਚੰਗਾ ਹੁੰਦਾ ਉਹਨੂੰ ਆਪਣੇ ਆਪ ਹੀ ਮੋਰੀ ਲੈ ਆਉਂਦੇ ਹੁੰਦੇ ਆ ਪਰ ਜੇ ਲੋਕ ਲੈ ਕੇ ਆਉਣਗੇ ਸਿਸਟਮ ਨੂੰ ਅਸੀਂ ਸੈੱਟ ਕਰਦੇ ਆਂਗੇ ਸਿਸਟਮ ਬਹੁਤ ਗੰਦੜਾ ਹੋ ਚੁੱਕਾ ਹੈ ਇਸ ਟਾਈਮ ਕਰਾਪਸ਼ਨ ਇੰਨੀ ਵੱਧ ਚੁੱਕੀ ਆ ਕਿ ਕੋਈ ਵੀ ਕੰਮ ਪੈਸੇ ਤੋਂ ਬਿਨਾ ਨਹੀਂ ਹੋ ਰਿਹਾ ਢਾਂਚਾ ਇੰਨਾ ਖਰਾਬ ਹੋ ਚੁੱਕਾ ਆ ਬਾਕੀ ਜੀ ਸੜਕਾਂ ਦਾ ਹਾਲ ਹਾਲ ਦੇਖ ਲਓ ਸਾਨੂੰ ਤਾਂ ਹਲੇ ਤੱਕ ਗਲੀਆਂ ਨਾਲੀਆਂ ਜੋਗੇ ਰੱਖਿਆ ਆ ਜੀ ਆ ਤੁਹਾਡੀਆਂ ਗਲੀਆਂ ਬਣਾ ਦਿਆਂਗੇ ਨਾਲੀਆਂ ਪਿੰਡਾਂ ਦੇ ਵਿੱਚ ਹੋਰ ਕੋਈ ਵੱਡਾ ਵਿਕਾਸ ਨਹੀਂ ਕੋਈ ਸੀਵਰੇਜ ਵਾਲਾ ਕੰਮ ਨਹੀਂ ਹੈਗਾ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਹੈਗਾ ਇਦਾਂ ਦੇ ਕੰਮਾਂ ਦਾ ਸੇ ਧਿਆਨ ਹੀ ਨਹੀਂ ਹੈਗਾ ਆ ਤੁਸੀਂ ਮੰਡੀ ਦੇਖ ਲਓ ਜਦੋਂ ਮੀਂਹ ਪੈਂਦਾ 1 ਫੁੱਟ ਪਾਣੀ ਇਥੇ ਖੜ ਜਾਣਾ ਕਿਸੇ ਪਾਸੇ ਪਾਣੀ ਨਿਕਲਣ ਦਾ ਕੋਈ ਚਾਂਸ ਹੈ ਨਹੀਂਗਾ ਨੂਰ ਮਹਿਲ ਦੇ ਆੜ ਵਾਲੇ ਖੇਰੇ ਦਾ ਘੁੰਮ ਕੇ ਦੇਖ ਲਓ ਪਾਣੀ ਪਾਣੀ ਖੜਾ ਜਿਹੜਾ ਚੱਪੜ ਦਾ ਪਾਣੀ ਆ ਉਹਦਾ ਕਿਸੇ ਪਾਸੇ ਨਿਕਾਸ ਹੀ ਹੈ ਨਹੀਂਗਾ ਤੂੰ ਨਕੋਦਰ ਦੇ ਵਿੱਚ ਜਾ ਕੇ ਦੇਖ ਲਓ ਨਕੋਦਰ ਦੇ ਜਾਨਾਂ ਦਾ ਸੌਖਾ ਨਕੋਦਰ ਤੋਂ ਮਹਿਦਪੁਰ ਵਾਲ ਨੂੰ ਜਾਂ ਵਿਚ ਨੂੰ ਕਿਤੇ ਬੜਨਾ ਗੋਡੇ-ਗੋਡੇ ਟੋਏ ਪਏ ਆ ਕੋਈ ਸੜਕਾ ਨਹੀਂ ਆ ਚੰਗਾ ਸਮਾਜ ਸਰਜਣਾ ਚਾਹੀਦਾ ਤੇ ਚੰਗੀ ਸਿਹਤ ਦੇਣੀ ਚਾਹੀਦੀ ਆ ਤੇ ਚੰਗੀਆਂ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਤੇ ਚੰਗੀ ਡਾਕਟਰੀ ਹੋਣੀ ਚਾਹੀਦੀ ਆ ਤੇ ਚੰਗਾ ਐਜੂਕੇਸ਼ਨ ਹੋਣੀ ਚਾਹੀਦੀ ਆ ਇਹ ਚੀਜ਼ਾਂ ਵੱਲ ਤਾਂ ਕਿਸਦਾ ਧਿਆਨ ਹੀ ਹੈ ਨਹੀਂਗਾ ਇੰਨੀ ਤਾਂ ਕਹਿਣਾ ਜੀ ਅਸੀਂ 2000 ਰੁਪਏ ਦੇਵਾਂਗੇ ਤੂੰ ਆ ਕਹਿੰਦਾ ਮੈਂ 1000 ਦਊ ਤੀਆ ਕਹਿੰਦਾ ਮੈਂ 2000 ਦਊਂਗਾ ਪੰਜਾਬ ਤਾਂ ਅੱਗੇ ਕਰਜ਼ੇ ਦੇ ਥੱਲੇ ਆਇਆ ਪੰਜਾਬ ਦੇ ਪੱਲੇ ਇਹ ਨਹੀਂ ਕੀ ਛੱਡਿਆ ਇੱਕ ਨੰਬਰ ਦਾ ਸੂਬਾ ਸੀ ਜਿਹਨੂੰ ਉਹਨੂੰ ਅੱਜ 0 0 ਤੇ ਕਰਕੇ ਰਸਤਾ ਦਾ ਗੱਲ ਕਰੀਏ ਤਾਂ ਇਹ ਕਿਸਾਨ ਦੇ ਤੌਰ ਤੇ ਗੱਲ ਕਰੀਏ ਕਿਸਾਨ ਆਗੂ ਨੂੰ ਇੱਕ ਬੜੀ ਸਮਝ ਹੁੰਦੀ ਹੈ ਇਸ ਗੱਲ ਦੀ ਕਿ ਵੀ ਕਿਸਾਨਾਂ ਦਾ ਭਲਾ ਕਿੱਦਾ ਕਰਨਾ ਜੇ ਮੰਨ ਲਓ ਜੇ ਤੁਸੀਂ ਐਮਐਲਏ ਬਣ ਵੀ ਜਾਂਦੇ ਹੋ ਜਾਂ ਕੋਈ ਹੋਰ ਕਿਸਾਨ ਆਗੂ ਬਣ ਵੀ ਜਾਂਦੇ ਆ ਕਿਸਾਨਾਂ ਦੀ ਸਰਕਾਰ ਇੱਕ ਵਾਰ ਨੂੰ ਆਪਾਂ ਮੰਨ ਲੈਂਦੇ ਜੇ ਬਣ ਵੀ ਜਾਂਦੀ ਹੈ ਤੇ ਕੀ ਸਿਰਫ ਕਿਸਾਨੀ ਮੁੱਦਿਆਂ ਦਾ ਹੀ ਸੁਧਾਰ ਹੋਇਆ ਕਰੇਗਾ ਇਸ ਗੱਲ ਦਾ ਵੀ ਜਵਾਬ ਦੇ ਦਿਓ ਕਿ ਬਾਕੀ ਦੇ ਮੁੱਦੇ ਕਿਉਂਕਿ ਬੜੀ ਪ੍ਰਸ਼ਾਸਨਿਕ ਬੜੀ ਚੀਜ਼ਾਂ ਹੁੰਦੀਆਂ ਪ੍ਰਸ਼ਾਸਨਿਕ ਕਾਫੀ ਗੱਲਾਂ ਜੜੀਆਂ ਹੁੰਦੀਆਂ ਹੈਗੀਆਂ ਸੋ ਬਾਕੀ ਮੁੱਦਿਆਂ ਦਾ ਵੀ ਕੋਈ ਸੁਧਾਰ ਹੋ ਸਕਦਾ ਕਿਸੇ ਰਕਿਓ ਕਿ ਕਿਸਾਨੀ ਦੀ ਤਾਂ ਆਪਾਂ ਮੰਨ ਸਕਦੇ ਹਾਂ ਕਿ ਤੁਸੀਂ ਨੌਲੇਜ ਰੱਖ ਸਕਦੇ ਹੋ ਪਰ ਬੜੇ ਪ੍ਰਸ਼ਾਸਨਿਕ ਕੰਮ ਹੈ ਇਕੱਲੇ ਇਹ ਤਾਂ ਨਹੀਂ ਕਿ ਸਿਰਫ ਕਿਸਾਨੀ ਨੂੰ ਹੀ ਜਿਹੜਾ ਹੈਗਾ ਉਹ ਵਾਰਿਆ ਜਾਏਗਾ ਹੋਰ ਮੁੱਦੇ ਕਿਉਂਕਿ ਪੰਜਾਬ ਦੇ ਵਿਕਾਸ ਦੇ ਵਿੱਚ ਇਕੱਲੇ ਕਿਸਾਨੀ ਨਹੀਂ ਬੜੀ ਸਾਰੀ ਚੀਜ਼ਾਂ ਹੈਗੀ ਹੈ એનર્ਜੀ ਆ ਪਾਣੀ ਆ ਹਰ ਹਰ ਕਈ ਤਰੀਕੇ ਦੇ ਮੁੱਦੇ ਨੇ ਇਲਾਕੇ ਦਾ ਵਿਕਾਸ ਹੈ ਸੜਕਾ ਹੈ ਸੋ ਕਿ ਉਹਨਾਂ ਦੇ ਉੱਪਰ ਵੀ ਧਿਆਨ ਦਿੱਤਾ ਜਾਏਗਾ ਦੇਖੋ ਜੀ ਇਹ ਸਾਰੇ ਮੁੱਦਿਆਂ ਤੇ ਵਿਚਾਰ ਕੀਤੀ ਜਾਊਗੀ ਪਤਾ ਤਾਂ ਇਹਨਾਂ ਲੀਡਰਾਂ ਨੂੰ ਹੈਗਾ ਸਾਰੇ ਕਾਹੇ ਦਾ ਵੀ ਆਜ ਕੰਮ ਹੋਣ ਵਾਲਿਆ ਜੋਰ ਆਪਾ ਆਪਣਾ ਘਰ ਦਾ ਘਰ ਦੇ ਜਿਹੜੇ ਕੰਮ ਹੁੰਦੇ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਪਣੇ ਆ ਘਰ ਦੇ ਕੰਮ ਸੈੱਟ ਕਰਨ ਵਾਲੇ ਆ ਜਿਹੜਾ ਏਰੀਆ ਜਿਹੜੇ ਬੰਦੇ ਕੋਲ ਜਾਂਦਾ ਹੁਣ ਜੇ ਮੈਂ ਆਪਣੇ ਪਿੰਡ ਦਾ ਸਰਪੰਚ ਆ ਮੈਨੂੰ ਪਤਾ ਹੀ ਆ ਪਿੰਡ ਦੇ ਵਿੱਚ ਕਿਹੜੇ ਕੰਮ ਹੋਣ ਵਾਲੇ ਆ ਮੈਂ ਪਹਿਲ ਦੇ ਆਧਾਰ ਤੇ ਕਰਾ ਰਿਆ ਗਰੀਬ ਬੰਦਿਆਂ ਦੇ ਵੀ ਕਰਾ ਰਿਆ ਇਹ ਹੋੜਾ ਵੀ ਤਕੜੇ ਬੰਦੇ ਦੇ ਕੰਮ ਪਹਿਲੇ ਆਧਾਰ ਤੇ ਕੋਣੇ ਦਾ ਤਕੜਾ ਬੰਦਾ ਤਾਂ ਖੁਦ ਵੀ ਕਰ ਲੂਗਾ ਆਪਣਾ ਕੰਮ ਗਰੀਬ ਬੰਦਾ ਜਿਹੜਾ ਨਹੀਂ ਕਰ ਸਕਦਾ ਉਹਦਾ ਪਹਿਲ ਦੇ ਆਧਾਰ ਤੇ ਅਸੀਂ ਕਰਾ ਰਹੇ ਆ ਇਹ ਹਲਕੇ ਦਾ ਹਰੇਕ ਬੰਦੇ ਨੂੰ ਪਤਾ ਹੁੰਦਾ ਜਿਹੜਾ ਵੀ ਲੀਡਰ ਆ ਪਰ ਉਹਨਾਂ ਨੂੰ ਹੈਗਾ ਵੀ ਪਹਿਲਾਂ ਅ ਸੋਚਣਾ ਵੀ ਆਪਾਂ ਕੀ ਕਰਨਾ ਉਹ ਤਕੜਾ ਬੰਦਾ ਹੈ ਆਪਣਾ ਕੰਮ ਕਰਾ ਸਕਦਾ ਉੱਥੇ ਮਾੜਾ ਬੰਦੇ ਦੀ ਕੋਈ ਦੀ ਪਹੁੰਚ ਨਹੀਂ ਹੁੰਦੀ ਜਿੰਨਾ ਕੁਝ ਕੰਮ ਕਰਾਉਣ ਦੀ ਹਰ ਇੱਕ ਕੰਮ ਸਿਸਟਮ ਨੂੰ ਨਹੀਂ ਆਪਣੇ ਹੱਥ ਚ ਰੱਖਿਆ ਹੁੰਦਾ ਜਿਹੜਾ ਕਿ ਕੋਈ ਵੀ ਆਪਾਂ ਕਹਿੰਦੇ ਹ ਹਜ਼ਾਰਾ ਆਇਆ ਚਾਹੇ ਕੋਈ ਪੋਸਟ ਪ੍ਰਸ਼ਾਸਨ ਹੈ ਚਾਹੇ ਕੋਈ ਪਟਵਾਰੀ ਸੈਂਟਰ ਹੈ ਜਾਂ ਕੋਈ ਵੀ ਕਚਹਿਰੀਆਂ ਦਾ ਜਾਨੀ ਕਿ ਜਾਂ ਕੋਈ ਬਿਜਲੀ ਸਿਸਟਮ ਹੈ ਸਾਰਾ ਆਟੋਮੈਟਿਕ ਹੀ ਸਹੀ ਹੋਣਾ ਚਾਹੀਦਾ ਕਿ ਆਮ ਬੰਦਾ ਜਾ ਕੇ ਆਪਣੇ ਆਪ ਹੀ ਆਪਣਾ ਕੰਮ ਕਰਵਾ ਸਕੇ ਲੀਡਰਾਂ ਤੱਕ ਜਾਣ ਦੀ ਕੋਈ ਲੋੜ ਨਾ ਪਵੇ ਠੀਕ ਹੈ ਜੇ ਲੀਡਰਾਂ ਤੱਕ ਜਾਣ ਦੀ ਲੋੜ ਨਾ ਪਵੇ ਪਰ ਕਿਸਾਨਾਂ ਦੀ ਜੇ ਗੱਲ ਕਰ ਆ ਤੁਹਾਡੇ ਨਾਲ ਕੈਂਪੇਨ ਦੇ ਵਿੱਚ ਵੀ ਆ ਰਹੇ ਹੋਣਗੇ ਹੋਰ ਬੜੇ ਕਾਫੀ ਕਾਫੀ ਜਿਹੜੇ ਅਸੀਂ ਜਿਹੜੇ ਦੇਖੀਏ ਤਾਂ ਪਰ ਇੱਕ ਅੰਦੋਲਨਕਾਰੀ ਦੇ ਤੌਰ ਤੇ ਕਿਸਾਨਾਂ ਅਗੋਂ ਦੇਖਣਾ ਹੋਰ ਐਮਐਲਏ ਦੇ ਤੌਰ ਤੇ ਦੇਖਣਾ ਇੱਕ ਫਰਕ ਨਹੀਂ ਲੱਗਦਾ ਕਿ ਲੋਕ ਸ਼ਾਇਦ ਉਸ ਇੱਕ ਇਮੇਜ ਤੋਂ ਜਿਹੜਾ ਹੈਗਾ ਥੋੜਾ ਜਿਆ ਡਿਸਟਰੈਕਟ ਹੋਣਗੇ ਕਿ ਅਸੀਂ ਐਕਸਪੈਕਟ ਹੈ ਕੀਤਾ ਸੀ ਕਿਉਂਕਿ ਅੱਧੇ ਲੋਕਾਂ ਨੂੰ ਰਾਸ ਨਹੀਂ ਆਇਆ ਕਿਸਾਨਾਂ ਦਾ ਰਾਜਨੀਤੀ ਚਾਹਨਾ ਕਿਸਾਨ ਮੋਰਚਾ ਹੀ ਜਿਹੜਾ ਹੈਗਾ ਇਹਦਾ ਵਿਰੋਧ ਕਰਦਾ ਰਿਹਾ ਕਿ ਲੱਗਦਾ ਲੋਕ ਇਸ ਜਿਸ ਤਰੀਕੇ ਤੁਸੀਂ ਹੁਣ ਜਾ ਰਹੇ ਹੋ ਵਿਚਰ ਰਹੇ ਹੋ ਕਿ ਕੋਈ ਇੱਕ ਇਮੇਜ ਚ ਬਦਲਾਅ ਮਹਿਸੂਸ ਕਰ ਰਿਹਾ ਕੋਈ ਲੋਕ ਲੋਕ ਆਪ ਚਾਹ ਰਹੇ ਆ ਜੀ ਬਈ ਬਦਲਾਅ ਹੋਣਾ ਚਾਹੀਦਾ ਆ ਲੋਕ ਆਪ ਸਾਨੂੰ ਬੁਲਾ ਰਹੇ ਆ ਤੇ ਇਸ ਟਾਈਮ ਲੋਕਾਂ ਦਾ ਰੁਝਾਨ ਇਹ ਆ ਵੀ ਆਪਾਂ ਕਿਸਾਨਾਂ ਨੂੰ ਵੋਟ ਪਾਉਣੀ ਆ ਤੇ ਕਿ ਕਿਸਾਨਾਂ ਦੀ ਸਰਕਾਰ ਲਿਓਣੀ ਠੀਕ ਹੈ ਤੁਹਾਡੇ ਜੇ ਤਮੰਨੋ ਤੁਹਾਡੀ ਜੇ ਤੁਸੀਂ ਆਂਦੇ ਹੋ ਹਲਕੇ ਦੇ ਵਿੱਚ ਆਂਦੇ ਹੋ ਤੁਹਾਡੇ ਕੋਲ ਕੀ ਮੁੱਦੇ ਕਿੰਨਾ ਮੁੱਦਿਆਂ ਦੇ ਤੁਸੀਂ ਪ੍ਰਚਾਰ ਕਰ ਰਹੇ ਲੋਕਾਂ ਦੇ ਵਿੱਚ ਜਾ ਕੇ ਇਹ ਮੁੱਦੇ ਦਾ ਜਾਂ ਪ੍ਰਚਾਰ ਕਰਨ ਦਾ ਜੋ ਮਰਜ਼ੀ ਕਰੀ ਹੁਣ ਸਰਕਾਰਾਂ ਆਉਂਦੀਆਂ ਆ ਇਹ ਪ੍ਰਚਾਰ ਇਹ ਨਹੀਂ ਵੀ ਕਰਨਾ ਆ ਇਹਨੂੰ ਲੋਕਾਂ ਨੂੰ ਕਰੋੜਾਂ ਰੁਪਈਆ ਵੰਡਣਾ ਵੀ ਆ ਸ਼ਰਾਬਾਂ ਵੀ ਪਾਉਣੀਆਂ ਨਸ਼ੇ ਵੀ ਵੰਡਣੇ ਆ ਪਰ ਅਸੀਂ ਉਹਨਾਂ ਮੁੱਦਿਆਂ ਤੇ ਹੈ ਨਹੀਂ ਕਿ ਨਾ ਹੀ ਝੂਠ ਬੋਲਣਾ ਅਸੀਂ ਹੱਕ ਸੱਚ ਦੇ ਲੜਨਾ ਆ ਐਵੇਂ ਆਪਾਂ ਲੋਕਾਂ ਨੂੰ ਲੌਲੀਪੌਪ ਦੇਈ ਜਾਈਏ ਜੀ ਅਸੀਂ ਤਾਂ ਜੀ ਆਹ ਕਰ ਦੇਵਾਂਗੇ ਤੁਹਾਨੂੰ ਆਪਾਂ ਸਿਲੰਡਰ ਦੇ ਦੇਾਂਗੇ ਜਾਓ ਫ੍ਰੀ ਦੇ ਦੇਾਂਗੇ ਫ੍ਰੀ ਵਾਲੀ ਗੱਲ ਤਾਂ ਵੱਖਰੀ ਰਹੀ ਜਾ ਪੰਜਾਬ ਹੀ ਕਰਜ਼ੇ ਦੇ ਹਿਟਾਣਾਂ ਦਾ ਫ੍ਰੀ ਆਪਾਂ ਕੀ ਦੇ ਸਕਦੇ ਆ ਜੋ ਵੀ ਡਵੈਲਪਮੈਂਟ ਵੀ ਕਰਾਉਣੀ ਆ ਜੋ ਵੀ ਕੰਮ ਕਰਨੇ ਆ ਜੋ ਆਪਾਂ ਆਪਣਾ ਆਧਾਰ ਦੇਖ ਕੇ ਕਰਨੇ ਆ ਇਹ ਥੋੜਾ ਵੀ ਸਾਡੇ ਕੋਲ ਕੋਖ ਨਹੀਂ ਹੈਗਾ ਅਸੀਂ ਕਹਿੰਦੇ ਤੁਹਾਡਾ ਸਾਰਾ ਕਰਜ਼ਾ ਜੀ ਮਾਫ ਕਰ ਦੇਾਂਗੇ ਜੱਟਾਂ ਦਾ ਅਸੀਂ ਆ ਕਰ ਦੇਾਂਗੇ ਅਸੀਂ ਗਰੀਬਾਂ ਨੂੰ 5-5000 ਰੁਪਏ ਘਰ ਭਰਤੀ ਦਿਆ ਕਰਾਂਗੇ ਮਹੀਨੇ ਬਾਅਦ ਜਦੋਂ ਆਪਣੇ ਪੱਲੇ ਨਾ ਹੋਊਗਾ ਤਾਂ ਆਪਾਂ ਦਵਾਂਗੇ ਕਿੱਥੋਂ ਉਹ ਸਾਡਾ ਚੋਣ ਮੈਨੀਫੈਸਟੋ ਇੱਕ ਦੋ ਦਿਨਾਂ ਦੇ ਵਿੱਚ ਆ ਰਿਹਾ ਆ ਜੋ ਉਹਦੇ ਵਿੱਚ ਕਿਹਾ ਹੋਊਗਾ ਉਹ ਹੀ ਕਰਾਂਗੇ ਇਹ ਨਹੀਂ ਕਿ ਕਵਾਂਗੇ ਕੋਸ਼ਿਸ਼ ਕਰਾਂਗੇ ਕੁਝ ਬਣਾ ਅਗੇ ਤੁਸੀਂ ਕੈਪਟਨ ਸਰਕਾਰ ਦੇਖਿਆ ਹੀ ਆ ਕਹਿੰਦੀ ਸੀ ਜੀ ਨਸ਼ਾ ਚੌ ਹਫ਼ਤਿਆਂ ਦੇ ਵਿੱਚ ਵਿੱਚ ਖਤਮ ਕਰ ਦੇਾਂਗੇ। ਕੁਰਕੀ ਕਰਜ਼ਾ ਸਭ ਖਤਮ ਕਰ ਦੇਾਂਗੇ ਜੱਟਾਂ ਦਾ ਸਾਰਾ ਕਰਜ਼ਾ ਜੋ ਆਰਥੀਆਂ ਦੇ ਵੀ ਲਿੱਤਾ ਆ ਉਹ ਵੀ ਖਤਮ ਕਰ ਦੇਾਂਗੇ। ਬਾਕੀ ਗਰੀਬਾਂ ਨੂੰ ਅਸੀਂ ਮਗਹਾਈ ਪੱਤਾ ਵੀ ਦਵਾਂਗੇ। ਅਸੀਂ ਪੰਜ-ਪੰਜ ਮਾਲੇ ਦੇ ਪਲਾਟ ਵੀ ਦਵਾਂਗੇ। ਹੋਰ ਬਹੁਤ ਸਾਰੇ ਝੂਠੇ ਵਾਦੇ ਕੀਤੇ ਸੀਗੇ। ਜੋ ਕਿ ਹੱਥ 'ਚ ਗੁੜਕਾ ਸਾਬ ਫੜਕੇ ਨਹੀਂ ਸੋਹਾਂ ਖਾਧੀਆਂ ਪਰ ਕੰਮ ਕੋਈ ਨਹੀਂ ਕੀਤਾ। ਪੰਜਾਂ ਸਾਲਾਂ ਦੇ ਵਿੱਚ ਕੋਈ ਵੱਡਾ ਕੰਮ ਨਹੀਂ ਹੋਇਆ। ਫੇਰ ਕਹਿੰਦੇ ਸਾਡੇ ਕੋਲ ਜੀ ਖਜ਼ਾਨਾ ਖਾਲੀ ਆ। ਖਜ਼ਾਨੇ ਦਾ ਪਤਾ ਰੋਜ਼ ਪੈਸਾ ਆਉਂਦਾ ਰੋਜ਼ ਜਾਂਦਾ। ਆਵਾ ਗੋਂ ਰਿਤੇ ਦੇ ਪੈਸੇ ਆਉਂਦੇ ਆ ਪਰ ਜੇ ਇੱਕ ਵਾਰੀ ਵੀ ਨਾ ਜਿਹੜਾ ਵੀ ਲੀਡਰ ਇੱਕ ਵਾਰੀ ਐਮਐਲਏ ਬਣ ਜਾਂਦਾ ਉਹ ਦਸਾਂ ਪੋਸਟਾਂ ਦੇ ਲਈ ਆਪਣੇ ਲਈ ਇਕੱਠਾ ਕਰ ਲੈਂਦਾ ਪਰ ਮੈਂ ਇੱਥੇ ਮੈਂ ਇੱਥੇ ਸਵਾਲ ਪੁੱਛਣਾ ਚਾਹਾਂ ਤੁਸੀਂ ਕਹਿੰਦੇ ਕਿ ਇੱਕ ਵਾਰੀ ਐਮਐਲਏ ਬਣ ਜਾਂਦਾ ਤੇ ਐਹੀ ਸਵਾਲ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਜਿੰਨੇ ਵੀ ਸੰਸਦ ਬੈਠੇ ਹੁੰਦੇ ਆ ਵਿਧਾਨ ਸਭਾ ਦੇ ਜਿੰਨੇ ਵੀ ਐਮਐਲਏ ਬੈਠੇ ਹੁੰਦੇ ਉਹ ਵੀ ਕਲੇਮ ਕਰਦੇ ਆ ਜੀ ਅਸੀਂ ਵੀ ਕਿਸਾਨ ਆ ਸਾਡੇ ਕੋਲ ਇੰਨੀ ਪਹਿਲੀ ਹੈਗੀ ਅਸੀਂ ਤਾਂ ਕਿਸਾਨਾਂ ਦੇ ਪੁੱਤ ਆ ਉਹਨ ਵੀ ਜਦੋਂ ਜਦੋਂ ਕਿਸਾਨ ਅੰਦੋਲਨ ਦਾ ਟਾਈਮ ਪੀ ਦੇ ਵਿੱਚ ਵੀ ਬੜੇ ਸਾਰੇ ਜਿਹੜਾ ਹੈਗਾ ਲੀਡਰਾਂ ਨੇ ਐਮਐਲਏ ਨੇ ਐਮਪੀ ਨੇ ਕਿਹਾ ਅਸੀਂ ਤਾਂ ਕਿਸਾਨਾਂ ਦੇ ਪੁੱਤ ਅਸੀਂ ਤਾਂ ਆਪ ਕਿਸਾਨ ਆ ਸਾਡੇ ਕੋਲ ਤਾਂ ਇੰਨੀ ਪਹਿਲੀ ਹੈਗੀ ਆ ਪਰ ਕਿ ਉਹਨਾਂ ਤੋਂ ਵੀ ਜਿਹੜਾ ਜਿਸ ਤਰੀਕੇ ਕਿਸਾਨ ਜਦੋਂ ਕਿਸਾਨ ਤੋਂ ਪੋਲਿਟਿਸ਼ੀਅਨ ਬਣ ਜਾਂਦਾ ਲੋਕ ਉਹ ਤੇ ਭਰੋਸਾ ਗਵਾ ਦਿੰਦੇ ਆ ਲੋਕੀ ਕਹਿੰਦੇ ਕਿ ਨਹੀਂ ਹੁਣ ਸਿਰਫ ਜਿਹੜਾ ਹੈਗਾ ਬੰਦਾ ਪੋਲਿਟਿਸ਼ੀਅਨ ਰਹਿ ਗਿਆ ਪੋਲਿਟਿਕਲੀ ਰਹਿ ਗਿਆ ਹੁਣ ਕਿਸਾਨਾਂ ਦਾ ਆਗੂ ਨਹੀਂ ਰਹਿ ਗਿਆ ਲੋਕ ਉਹਨੂੰ ਵਾਪਸ ਕਿਸਾਨਾਂ ਦੇ ਆਗੂ ਦੇ ਤੌਰ ਤੇ ਪਸੰਦ ਨਹੀਂ ਕਰ ਪਾਉਂਦੇ ਤੇ ਕੀ ਕਿਸਾਨਾਂ ਆਗੂਆਂ ਦੇ ਨਾਲ ਵੀ ਇਹ ਗੱਲ ਉਹਨਾਂ ਤੇ ਵੀ ਜੇ ਤਾਂ ਜੀ ਉਹਨਾਂ ਵਾਲਿਆਂ ਇਹ ਆਤਾਂ ਕਰਨਗੇ ਜੋ ਉਹ ਕਰਦੇ ਉਹ ਲੀਡਰ ਕਰਦੇ ਆ ਜੇ ਤਾਂ ਉਹਨਾਂ ਕੰਮਾਂ ਤੇ ਚੱਲਣਾ ਹੀ ਨਹੀਂ ਵੀ ਫੇਰ ਤਾਂ ਲੋਕਾਂ ਨੂੰ ਨਹੀਂ ਯਕੀਨ ਰਹਿਣਾ ਜੇ ਇਮਾਨਦਾਰੀ ਸੱਚਾਈ ਤੇ ਚੱਲਣਾ ਆ ਫੇਰ ਤਾਂ ਭਰੋਸਾ ਕਰਨਾ ਹੀ ਆ ਪਰ ਇਮਾਨਦਾਰੀ ਸੱਚਾਈ ਦਾ ਕੋਈ ਪੈਰਾਮੀਟਰ ਤਾਂ ਹੋਏਗਾ ਨਾ ਤੁਹਾਡੇ ਕੋਲ ਪੈਰਾਮੀਟਰ ਤੇ ਦੇਖ ਲਓ ਮੈਂ ਪਿੰਡ ਦਾ ਸਰਪੰਚ ਆ ਜਿੱਦਾਂ ਦਾ ਮੈਂ ਸਰਪੰਚੀ ਲੜਿਆ ਆ ਜਦੋਂ ਦਾ ਮੈਂ 3 ਸਾਲ ਹੋ ਗਏ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਮੇਰੇ ਬੈਂਕ ਅਕਾਊਂਟ ਦੇ ਜੱਗ ਦੇਖ ਲਿਓ ਮੈਂ ਜਾਨੀ ਕਿ ਪਿੰਡ ਦੇ 10-15 ਲੱਖ ਰੁਪਏ ਆਪਣੇ ਖਾਤੇ 'ਚ ਵਰਤੇ ਆਊਗਾ ਮੇਰੇ ਖਾਤੇ 'ਚ ਕਦੇ ਆਏ ਨਹੀਂ ਹੋਗੇ ਇੰਨੀ ਗੱਲ ਦਾ ਆਪਣੀ ਦਰਿੜਤਾ ਦੇ ਨਾਲ ਸਮਾਜ ਦਾ ਕੰਮ ਕਰੂੰਗਾ ਤੇ ਇਮਾਨਦਾਰੀ ਦੇ ਨਾਲ ਕੰਮ ਕਰੂੰਗਾ ਤੇ ਕੀ ਲੱਗਦਾ ਜੇ ਇਮਾਨਦਾਰੀ ਨਾਲ ਕੰਮ ਕਰੋਗੇ ਤੁਸੀਂ ਕਹ ਰਹੇ ਦਰਿੜਤਾ ਨਾਲ ਕੰਮ ਕਰੋਗੇ ਮੁੱਦੇ ਤੁਸੀਂ ਕਹ ਰਹੇ ਹੋ ਕਿ ਬੜੇ سارے ਕਿਸਾਨਾਂ ਦੇ ਮੁੱਦੇ ਉਹ ਵੀ ਹੱਲ ਕਰੋਗੇ ਸੜਕਾਂ ਨੂੰ ਵੀ ਹੱਲ ਕਰੋਗੇ ਇਹ ਜਿਸ ਤਰੀਕੇ ਤੁਸੀਂ ਮੈਨੀਫੈਸਟੋ ਹਜੇ ਤੁਸੀਂ ਕਹ ਰਹੇ ਹਜੇ ਆਣਾ ਹੈ ਪਰ ਇਲਾਕੇ ਦੇ ਵਿੱਚ ਜਿਹੜੇ ਹੋਰ ਪਾਰਟੀਆਂ ਨੇ ਤੁਹਾਨੂੰ ਲੱਗਦਾ ਕਿ ਉਹ ਜਿਹੜਾ ਹੈਗਾ ਕਿ ਉਹਨਾਂ ਦਾ ਪ੍ਰਚਾਰ ਹੋਰ ਤੁਹਾਡੇ ਪ੍ਰਚਾਰ ਦੇ ਵਿੱਚ ਕੋਈ ਫਰਕ ਹੈਗਾ ਕਿਉਂਕਿ ਉਹ ਵੀ ਕੈਂਪੇਨ ਤਾਂ ਬਹੁਤ ਕਰ ਰਹੇ ਔਰ ਪੁਰਾਣੇ-ਪੁਰਾਣੇ ਤੁਰੰਦਰ ਕਹ ਲੀਏ ਕਿ ਵੀ ਬੜੇ ਚਿਰ ਤੋਂ ਇਲੈਕਸ਼ਨਾਂ ਲੜ ਰਹੇ ਆ ਤੁਹਾਡੀ ਸ਼ਾਇਦ ਪਹਿਲੀ ਤੁਹਾਡੀ ਪਹਿਲੀ ਇਲੈਕਸ਼ਨ ਹੈ ਇਸ ਤੋਂ ਪਹਿਲੇ ਵੀ ਹੈ ਸਾਡੀ ਜੀ ਪਹਿਲੀ ਇਲੈਕਸ਼ਨ ਹੈ ਪਹਿਲੀ ਇਲੈਕਸ਼ਨ ਹੈ ਅੱਛਾ ਜੀ ਤੇ ਕੀ ਲੱਗਦਾ ਕਿ ਵੀ ਬਾਕੀਆਂ ਜਿਹੜੇ ਕਹਿ ਦिए ਤਾਂ ਉਹ ਕਾਫੀ ਇਲੈਕਸ਼ਨ ਨੂੰ ਲੜਦੇ ਰਹੇ ਆ ਆਪਣੇ ਆਪ ਨੂੰ ਤੁਹਾਨੂੰ ਲੱਗਦਾ ਕਿ ਉਸ ਕੰਪੀਟੀਸ਼ਨ 'ਚ ਖੜਾ ਦੇਖ ਰਹੇ ਹੋ ਕਿੰਨਾ 1% ਤੇ ਦੇਖ ਰਹੇ ਹੋ ਤੁਸੀਂ ਦੇਖੋ ਜੀ ਇਹ ਤਾਂ ਲੋਕਾਂ ਨੇ ਦੱਸਣਾ ਲੋਕਾਂ ਦੀ ਆਵਾਜ਼ ਆ ਲੋਕਾਂ ਦੇ ਫੈਸਲਾ ਕਰਨਾ ਆ ਸਾਡੇ ਹੱਥ ਬਸ ਨਹੀਂ ਹੈਗਾ ਪਰ ਅਸੀਂ ਪ੍ਰਮਾਤਮਾ ਦੇ ਸਾਨੂੰ ਪੂਰਾ ਸਾਨੂੰ ਮਾਣ ਆਵੇ ਸਾਨੂੰ ਪ੍ਰਮਾਤਮਾ ਇਹ ਸਫਲ ਸਫਲਤਾ ਪ੍ਰਾਪਤ ਕਰਾਵੇਗਾ ਜਿਸ ਤਰੀਕੇ ਮੋਰਚਾ ਫਤਿਹ ਹੋਇਆ ਸੀ ਉਸੇ ਤਰੀਕੇ ਮੋਰਚਾ ਵੀ ਫਤਿਹ ਪ੍ਰਮਾਤਮਾ ਨੇ ਕਰਾਇਆ ਇਹ ਮੋਰਚਾ ਵੀ ਪ੍ਰਮਾਤਮਾ ਫਤਿਹ ਕਰਾਵੇਗਾ ਠੀਕ ਹੈ ਸੋ ਕੀ ਕੀ ਨਵਾਂ ਨਵੇਂ ਪੰਜਾਬ ਨੂੰ ਦੇਖਦੇ ਹੋ ਤੇ ਕਿਦਾਂ ਦੇਖਦੇ ਹੋ ਕੋਈ ਤੁਹਾਡਾ ਇੱਕ ਕੋਈ ਤਾਂ ਕੋਈ ਇੱਕ ਸੋਚਿਆ ਹੋਵੇਗਾ ਕਿ ਵੀ ਕੀ ਪੋਚਾਂਗੇ ਜਦੋਂ ਵਿਧਾਨ ਸਭਾਤ ਜਾਵਾਂਗੇ ਕੀ ਲੈ ਕੇ ਜਾਵਾਂਗੇ ਜੀ ਅਸੀਂ ਬੜਾ ਕੁਝ ਕਹਿਣਾ ਨਹੀਂ ਚਾਹੁੰਦੇ ਉਹ ਨਹੀਂ ਬਸਰਾ ਕੁਸਾ ਕਹਿਣਾ ਅਸੀਂ ਤੁਹਾਨੂੰ ਅਸੀਂ ਗੱਲਾਂ ਅਸੀਂ ਘੱਟ ਕਰ ਸਕਦੇ ਆ ਕੰਮ ਅਸੀਂ ਇਹਨਾਂ ਨੂੰ ਕਿਤੇ ਵੱਧ ਕਰਾਂਗੇ 10 ਗੁਣਾ ਕੰਮ ਵੱਧ ਕਰਾ ਕੇ ਦਿਖਾ ਦੇਾਂਗੇ ਕੋਈ ਐਸੇ ਵਾਦੇ ਕਿਉਂਕਿ ਵਾਦੇਆਂ ਕਰਕੇ ਰਾਜਨੀਤੀ ਜਿਹੜਾ ਨਾ ਨਾ ਰਾਜਨੀਤਿਕ ਲੋਕ ਜਿਹੜੇ ਪੋਲਿਟਿਸ਼ੀਅਨ ਵਾਦੇਆਂ ਕਰਕੇ ਬੜੇ ਉਹੀ ਗੱਲ ਹੁੰਦੀ ਹੈ ਕਿ ਵਾਦੇ ਤਾਂ ਕਰ ਜਾਂਦੇ ਬਾਅਦ ਚੋਂ ਨਿਭਾਣੇ ਬੜੇ ਔਖੇ ਹੁੰਦੇ ਆ ਤੁਹਾਡੇ ਵੱਲੋਂ ਵੀ ਕੋਈ ਐਸੇ ਕੋਈ ਵਾਦੇ ਲੋਕਾਂ ਨਾਲ ਕੀਤੇ ਜਾ ਰਹੇ ਕੋਈ ਲੋਕਾਂ ਦੀ ਸਿਸਟਮ ਚ ਹੁਣ ਅਮੀ ਆਪਾਂ ਬੋਲੀ ਜਾਈਏ ਅਸੀਂ ਆ ਕਰਦੇ ਆਂਗਾ ਆ ਕਰਦੇ ਆਂਗੇ ਜਦੋਂ ਆਪਾਂ ਸਿਸਟਮ ਚ ਆ ਗਏ ਉਹ ਕੰਮ ਨਾ ਕਰ ਸਕੀਏ ਉਹ ਵਾਦੇ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਨਾਲ ਮੰਦੀਪ ਸਿੰਘ ਸਮਰਾ ਜੋ ਕਿ ਨਕੌਦਰ ਹਲਕੇ ਤੋਂ ਜਿਹੜੇ ਸੰਯੁਕਤ ਸਮਾਜ ਮੋਰਚਾ ਦੇ ਕੈਂਡੀਡੇਟ ਵਜੋਂ ਜਿਹੜਾ ਇੱਥੇ ਜੋ ਕਿ ਕੰਟੈਸਟ ਕਰਦੇ ਪਏ ਨੇ ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸਮਾਜ ਮੋਰਚਾ ਜਿਹੜਾ ਹੈਗਾ ਐਤਕੀ ਜੋ ਆਪਣੀ ਚੋਨਾ ਦੀ ਜੰਗ ਦੇ ਵਿੱਚ ਉਹ ਵੀ ਸ਼ਾਮੂਲੀਅਤ ਕਰ ਰਿਹਾ ਸੋ ਸਮਰਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾ ਦਿੰਦਾ ਔਰ ਆਪਾਂ ਜਰੂਰ ਆਪਣੇ ਵੱਲੋਂ ਅਰਦਾਸ ਕਰਾਂਗੇ ਕਿ ਜੋ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਔਰ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਹਮੇਸ਼ਾ ਰਹੋ ਸੋ ਜੋ ਵੀ ਇਹ ਤੁਹਾਡਾ ਜਿਹੜਾ ਫੈਸਲਾ ਹੈਗਾ ਉਹ ਤਾਂ ਲੋਕਾਂ ਨੇ ਕਰਨਾ ਹੈਗਾ ਸੋ ਲੋਕਾਂ ਦੇ ਨਾਲ ਜੇ ਪਰ ਜੇ ਮੰਨ ਲਓ ਜੇ ਫੈਸਲਾ ਜੇ ਨਹੀਂ ਆਂਦਾ ਜੇ ਲੋਕਾਂ ਦਾ ਜੇ ਤੁਹਾਡੇ ਵੱਲ ਨਹੀਂ ਆਂਦਾ ਤੇ ਕੀ ਤੁਹਾਡਾ ਅਗਲਾ ਸਟੈਪ ਕੀ ਰਹੇਗਾ ਕਿ ਕਿਸਾਨੀ ਆਗੂ ਤੋਂ ਵੀ ਜਾਂ ਰਾਜਨੀਤੀ ਤੋਂ ਕਿਤੇ ਮੁਨਕਰ ਹੋ ਕੇ ਜਾਓਗੇ ਜਾਂ ਅੱਗੇ ਇਹ ਜੰਗ ਜਾਰੀ ਰੱਖੋਗੇ ਦੇਖੋ ਜੀ ਅਸੀਂ ਤਾਂ ਪਹਿਲਾਂ ਤੋਂ ਹੀ ਲੋਕਾਂ ਦੀ ਸੇਵਾ ਕਰ ਰਹੇ ਹਾਂ ਜਿੰਨੇ ਕੁ ਜੋਗੇ ਹੈਗੇ ਆ ਉਹ ਅਸੀਂ ਜਾਰੀ ਰੱਖਾਂਗੇ ਠੀਕ ਆ ਇਦਾਂ ਹੀ ਜਾਰੀ ਜਾਰੀ ਰੱਖੋਗੇ ਜੇ ਅੱਗੇ ਕਦੀ ਅੰਦੋਲਨਾਂ ਦੀ ਲੋੜ ਪਈ ਤੇ ਤੁਸੀਂ ਦੋਨੋਂ ਦੇ ਵਿੱਚ ਪੂਰਾ ਜੀ ਹਿੱਸਾ ਲਵਾਂਗੇ ਜੀ ਅੱਗੇ ਵੀ ਲੈਂਦੇ ਆ ਰਹੇ ਆ ਠੀਕ ਹੈ ਠੀਕ ਹੈ ਉਹ ਲਵਾਂਗੇ ਜੀ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਰਹਿ ਚੁੱਕੇ ਹਾਂ ਕਿਸਾਨ ਚੁੰਨੀ ਆਂਦੇ ਠੀਕ ਹੈ ਤੇ ਅੰਦੋਲਨ ਅੰਦੋਲਨ ਅਜੇ ਐਮਐਸਪੀ ਨੂੰ ਲੈ ਕੇ ਕਹਿੰਦੇ ਥੋੜਾ ਜਿਹਾ ਅੰਦੋਲਨ ਰੰਦਾ ਹੈਗਾ ਹੈ ਅੰਦੋਲਨ ਕਹਿੰਦੇ ਖਤਮ ਨਹੀਂ ਹੋਇਆ ਅੰਦੋਲਨ ਸਥਗਤ ਹੋਇਆ ਔਰ ਕਈ ਲੋਕ ਇਸ ਗੱਲ ਦੀ ਨਾਰਾਜ਼ਗੀ ਵੀ ਜਤਾ ਰਹੇ ਕਿ ਐਮਐਸਪੀ ਨੂੰ ਲੈ ਕੇ ਕਿਸਾਨ ਪੂਰੇ ਭੁਗਤੇ ਨਹੀਂ ਕੀ ਲੱਗਦਾ ਦੇਖੋ ਜੀ ਇਹ ਸਰਕਾਰਾਂ ਬਹੁਤ ਕੁਝ ਕਰਦੀਆਂ ਹੈ ਸਰਕਾਰ ਹੁਣ ਪਿੱਛੇ हट ਗਈ ਹੈ ਅਸੀਂ ਅੱਜ ਵੀ ਉਤੇ ਆਪਣਾ ਪੁਤਲਾ ਹੀ ਫੁਕਿਆ ਤੇ ਅਸੀਂ ਐਪਲੀਕੇਸ਼ਨ ਵੀ ਲਾਈ ਹੈ ਪਰ ਇਹ ਸਰਕਾਰ ਦੇ ਹੱਥ-ਬਸੇ ਹੁਣ ਇਸ ਟਾਈਮ ਵਾਲੇ ਸਾਡੇ ਹੱਥ-ਬਸੇ ਨਹੀਂ ਪਰ ਅਸੀਂ ਫੇਰ ਵੀ ਅੰਦੋਲਨ ਲੜਾਂਗੇ ਇਸ ਮੁੱਦੇ ਤੇ ਹਮ ਹਮ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਨਦੀਪ ਸਿੰਘ ਸਮਰਾ ਸਾਡੇ ਨਾਲ ਕਿਸਾਨ ਆਗੂ ਜੋ ਕਿ ਚੋਣਾ ਦੇ ਵਿੱਚ ਚੋਣਾ ਦੇ ਮੈਦਾਨ ਦੇ ਵਿੱਚ ਖੜੇ ਨੇ ਸਨ ਨਕੂਦਰ ਹਲਕੇ ਦੀ ਤੋਂ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਅਸੀਂ ਜੋੜ ਰਹੇ ਸੀਗੇ ਰੂਬਰੂ ਕਰਾ ਰਹੇ ਸੀਗੇ ਉਹਨਾਂ ਦੇ ਮੁੱਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਫੈਸਲਾ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਆਵਾਮ ਨੇ ਕਰਨਾ ਐਸੇ ਤਰੀਕੇ ਤੁਹਾਨੂੰ ਅਸੀਂ ਜੋੜਦੇ ਰਵਾਂਗੇ ਤੁਸੀਂ ਦੇਖਦੇ ਰਹੋ ਅਕਾਲ ਚੈਨਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ